ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ 11ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਦਾ ਨਵਾਂ ਪਾਠਕ੍ਰਮ ਤਿਆਰ ਕਰਨ ਅਤੇ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੀ ਕਿਤਾਬ ਲਿਖਵਾ ਕੇ ਛਾਪਣ ਦੇ ਫੈਸਲੇ ਦੀ ਸਾਰੀ ਕਹਾਣੀ ਉਲਝਦੀ ਨਜ਼ਰ ਆ ਰਹੀ ਹੈ। ਜਾਰੀ ਕਿਤਾਬ ਵਿੱਚੋਂ ਪੰਜਾਬ ਦਾ ਇਤਿਹਾਸ ਹੀ ਬਾਹਰ ਕੱਢ ਮਾਰਨ ਕਰਕੇ ਵੱਡੇ ਵਾਅਦਿਤ ਫੈਸਲੇ ਤੋਂ ਬਾਅਦ ਦੋਵਾਂ ਜਮਾਤਾਂ ਦੇ ਇਤਿਹਾਸ ਦਾ ਪਾਠਕ੍ਰਮ ਅਤੇ ਕਿਤਾਬ ਛਾਪਣ ਲਈ ਉੱਘੇ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਦੀ ਅਗਵਾਈ ਵਿੱਚ 6 ਮੈਂਬਰੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਇੱਕ ਇੱਕ ਚੈਪਟਰ ਤਿਆਰ ਕਰਕੇ ਇੰਟਰਨੈਟ ਉੱਪਰ ਪਾਉਣ ਦਾ ਐਲਾਨ ਕੀਤਾ ਸੀ। ਸਿੱਖਿਆ ਵਿਭਾਗ ਨੇ 12ਵੀਂ ਜਮਾਤ ਦੇ ਪਾਠਕ੍ਰਮ ਦਾ ਪਹਿਲਾ ਚੈਪਟਰ 1 ਜੁਲਾਈ ਨੂੰ ਜਾਰੀ ਕੀਤਾ, ਪਰ ਇਸ ਚੈਪਟਰ ਵਿੱਚ ਸ਼ਬਦਿਕ, ਤਥਾਤਮਕ ਅਤੇ ਇਤਿਹਾਸਿਕ ਇੰਨੀਆਂ ਗਲਤੀਆਂ ਸਨ ਕਿ ਵਿਭਾਗ ਨੇ ਇਸ ਚੈਪਟਰ ਨੂੰ ਵਾਪਸ ਲੈਣ ਅਤੇ ਸੁਧਾਰ ਕੇ ਮੁੜ ਇੰਟਰਨੈਟ ਉੱਪਰ ਪਾਉਣ ਦਾ ਫੈਸਲਾ ਕੀਤਾ ਸੀ। ਪਰ ਹਾਲਾਤ ਇਹ ਹਨ ਕਿ 2 ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਸੋਧਿਆ ਹੋਇਆ ਪਹਿਲਾ ਚੈਪਟਰ ਅਜੇ ਤੱਕ ਅਪਲੋਡ ਨਹੀਂ ਕੀਤਾ ਗਿਆ। ਹੁਣ 1 ਸਤੰਬਰ ਨੂੰ ਜਾਰੀ ਦੂਜੇ ਚੈਪਟਰ ਦਾ ਸਿਰਲੇਖ, ਜਿਸ ਵਿੱਚ ਵਾਰ ਵਾਰ ਗੁਰੂ ਨਾਨਕ ਦੇਵ ਜੀ ਦੀ ਥਾਂ ਗੁਰੂ ਨਾਨਕ ਸਾਹਿਬ ਲਿਖਿਆ ਹੈ। ਪਾਠਕ੍ਰਮ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਕਿ ਇਸ ਤਰ੍ਹਾਂ ਨਾਂ ਬਦਲਣ ਦੀ ਪਾਠਕ੍ਰਮ ਵਿੱਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਅੱਗੇ ਕਰੀਬ 16 ਸਫ਼ਿਆਂ ਦੇ ਇਸ ਚੈਪਟਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ, ਉਹਨਾਂ ਦੇ ਮਾਤਾ ਪਿਤਾ ਅਤੇ ਭੈਣ ਸੰਬੰਧੀ ਜਨੇਊ ਦੀ ਰਸਮ ਸੰਬੰਧੀ ਸੱਚੇ ਸੌਦੇ, ਗਿਆਨ ਪ੍ਰਾਪਤੀ ਅਤੇ ਕੀਤੀਆਂ ਉਦਾਸੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਗੁਰਬਾਣੀ ਦੀਆਂ ਤੁਕਾਂ ਵਿੱਚ ਵੀ ਬਹੁਤ ਹੀ ਗਲਤੀਆਂ ਕੀਤੀਆਂ ਗਈਆਂ ਨੇ। ਇਤਿਹਾਸ ਨਾਲ ਸੰਬੰਧਿਤ ਅਧਿਆਪਕਾਂ ਦਾ ਕਹਿਣਾ ਕਿ ਰਿਵਿਊ ਕਮੇਟੀ ਵੀ ਅੱਧਾ ਸੈਸ਼ਨ ਲੰਘ ਜਾਣ ਦੇ ਬਾਵਜੂਦ ਕਿਤਾਬਾਂ ਤਿਆਰ ਨਹੀਂ ਕਰ ਸਕੀ ਅਤੇ ਜਿਹੜੇ 1-2 ਚੈਪਟਰ ਜਾਰੀ ਕੀਤੇ ਗਏ ਨੇ ਉਹ ਵੀ ਵਿਵਾਦਪੂਰਨ ਨੇ। ਉਹਨਾਂ ਦਾ ਕਹਿਣਾ ਕਿ ਅਜੇ ਵੀ ਵੇਲਾ ਹੈ, ਇਸ ਸਾਲ ਪੁਰਾਣੀ ਕਿਤਾਬ ਹੀ ਪੜ੍ਹਾ ਲਈ ਜਾਵੇ ਅਤੇ ਨਵਾਂ ਪਾਠਕ੍ਰਮ ਅਗਲੇ ਵਰ੍ਹੇ ਤੋਂ ਚਾਲੂ ਕਰ ਲਿਆ ਜਾਵੇ। ਬਿਊਰੋ ਰਿਪੋਰਟ, ਸਿੱਖ ਟੀਵੀ।